ਔਰ ਫ੍ਰੀਜ਼ਰ ਜੇਨ ਖੋਲ ਕੇ ਦੇਖਿਆ ਲੈ ਬਰਫਾਂ ਜਮੀਆਂ ਪੀਣ ਹੋਣਾ ਹੈ, ਬਰਫਾਂ ਜਮੀਆਂ ਪੀਣ। ਉਹ ਪਿੱਛੇ ਚਲਾ ਜਾਂਦਾ ਨਾ ਆਟੋਮੈਟਿਕ ਸਪਰਿੰਗ ਲੱਗੇ ਹੋਣ। ਨਹੀਂ 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 ਚੱਲ ਠੀਕ ਹੈ, ਹੁਣ ਇਹਨੂੰ ਜੇ ਅਸੀਂ ਸਵੇਰੇ ਜੇ ਖੋਲ ਕੇ ਬੋਤਲਾਂ ਜੇ ਜੋੜਾਂਗੇ। ਔਰ ਮੈਂ ਮੂੰਹ ਇਹਨਾਂ ਦੇ ਜਿਹੜਾ ਬਣਾ ਲਵਾਂ, ਫਿਰ ਚੱਲ ਕੇ ਤੁਹਾਨੂੰ ਜਿਹੜਾ ਫ੍ਰੀਜ਼ਰ ਦੇਣਾ ਉਹ ਦਿਖਾਣਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਬੇਣ ਵੀਰ ਜਿੱਥੇ ਰਹਿਣ ਖੁਸ਼ ਰਹਿਣ, ਬਾਦ ਰਹਿਣ, ਹਮੇਸ਼ਾ ਵਾਸਤੇ ਮੁਸਕਰਾਉਂਦੇ ਰਹਿਣ। ਔਰ ਸਭ ਤੋਂ ਪਹਿਲੇ ਜਿਹੜਾ ਨਾ ਮੈਂ ਕੱਢਣ ਲੱਗਿਆ ਜਿਹੜਾ ਨਾ ਤੰਦੂਰ, ਕਿਉਂਕਿ ਬਹਿਰ ਵਾਲੇ ਜਿਹੜੇ ਪਹਿਲੇ ਜਿਹੜੇ ਨਾ ਬਹਿਰ ਪਏ ਸੀ ਨਾ, ਤਿੰਨ ਤੰਦੂਰ ਛੋਟੇ ਇਹਨਾਂ ਦੇ ਨਾਲ ਦੇ ਜਿਹੜੇ ਦਰਮਿਆਨੇ, ਉਹ ਤਿੰਨੇ ਜਿਹੜੇ ਨਾ ਸੇਲ ਹੋ ਗਏ। ਔਰ ਇਹ ਜਿਹੜੇ ਨਾ ਬਹਿਰ ਕੱਢਣੇ ਔਰ ਮਿੱਟੀ ਕੁੱਟ ਕੇ ਜੇ ਵੇਹ ਲੈਂਦੇ ਹਾਂ, ਇਹਨਾਂ ਨੂੰ ਬੈਕ ਸਾਈਡ ਤੋਂ ਲਿੰਬ ਕੇ ਔਰ ਦੇ ਲੱਖ ਸ਼ਾਮ ਤੀਕਰ ਜਿਹੜੇ ਇਹਨਾਂ ਨੂੰ ਤਿਆਰ ਕਰਕੇ ਜਿਹੜੇ ਨਾ ਬਹਿਰ ਰੱਖ ਲੈਂਦੇ ਤਾਂ ਕਿ ਕੋਈ ਕਸਟਮਰ ਆ ਜਾਂਦਾ ਤਾਂ ਮੁੜੇ ਨਾ। ਇਸ ਕਰਕੇ ਹੁਣ ਮਿੱਟੀ ਵੀ ਜਿਹੜੀ ਨਾ ਕੁੱਟਣੀ ਆ, ਮਿੱਟੀ ਕੁੱਟ ਕੇ ਕਿਚਨ ਵਾਸਤੇ ਵੀ ਜਿਹੜੀ ਨਾ ਮਿੱਟੀ ਕੁੱਟਣੀ ਔਰ ਕਿਚਨ ਦੀ ਇੱਟਾਂ ਦੀ ਵੀ ਜਿਹੜੀ ਨਾ ਕੋਸ਼ਿਸ਼ ਕਰਨੇ ਆ ਕਿ ਜਲਦ ਤੋਂ ਜਲਦ ਜਿਹੜੀ ਨਾ ਲੈ ਕੇ ਆਵੀਏ, ਔਰ ਬਾਕੀ ਜਿਹੜਾ ਕਿਚਨ ਦਾ ਕੰਮ ਜਿਹੜਾ ਰਹਿੰਦਾ ਨਾ ਤਾਂ ਕਿ ਉਹ ਜਲਦੀ ਨਾਲ ਜਿਹੜਾ ਕੰਪਲੀਟ ਕਰ ਲਈ। ਲੱਕੜਾਂ ਖਤਮ ਹੋਈਆਂ ਹੋਈਆਂ, ਸਿਰਫ ਲੱਕੜਾਂ ਵੀ ਜਿਹੜੀ ਨਾ ਅੱਜ ਘਰ ਦੀਆਂ ਜਿਹੜੀ ਨਾ ਮੈਂ ਲੈ ਕੇ ਆਇਆ, ਇਹ ਲੱਕੜਾਂ ਜਿਹੜੀ ਨਾ ਲੈ ਕੇ ਆਇਆ। ਔਰ ਬਾਕੀ ਜਿਹੜਾ ਕਿਚਨ ਦਾ ਕੰਮ ਹਾਲੇ ਤੱਕ ਜਿਹੜਾ ਕਾਫੀ ਸਾਰਾ ਜਿਹੜਾ ਕਰਨ ਵਾਲਾ ਪਿਆ, ਟਾਈਮ ਹੀ ਨਹੀਂ ਲੱਗਦਾ। ਦੁਕਾਨ ਦਾ ਵੀ ਅੱਗੇ ਹੁਣ ਫਿਰ ਜਿਹੜਾ ਤੰਦੂਰਾਂ ਦੀ ਰਿਕਵਰੀ ਜਿਹੜੀ ਨੇ ਸ਼ੁਰੂ ਹੋ ਜਾਣੀ, ਜਿਹੜੇ ਦਾਣਿਆਂ ਦੇ ਕਾਰੇ 'ਤੇ ਤੰਦੂਰ ਦਿੱਤੇ ਹੋਏ ਸੀ ਨਾ ਉਹਨਾਂ ਦੀ ਰਿਕਵਰੀ ਸ਼ੁਰੂ ਹੋ ਜਾਣੀ, ਉਹਨਾਂ ਦੇ ਦਾਣੇ ਲੈਣ ਜਾਣਾ ਤਕਰੀਬਨ ਹਫ਼ਤੇ ਦੋ ਹਫ਼ਤੇ ਤੀਕਰ ਜਿਹੜੀ ਰਿਕਵਰੀ ਦਾ ਕੰਮ ਜਿਹੜਾ ਸ਼ੁਰੂ ਹੋ ਜਾਣਾ। ਉਹ ਸਮਝ ਲਓ ਕਿ ਇੱਕ ਪੂਰੇ ਮਹੀਨੇ ਦੇ ਅੰਦਰ ਜਿਹੜੀ ਨਾ ਰਿਕਵਰੀ ਜਾਰੀ ਰਹਿਣੀ ਆ, ਕਿਉਂਕਿ ਕਿਸੇ ਨੇ ਇੱਕ ਦਿਨ ਪਹਿਲੇ ਦਿਨ ਦੇ ਦੇਣਾ, ਫਿਰ ਇੱਕ ਇੱਕ ਤੰਦੂਰ ਦੇ ਪਿੱਛੇ ਜਿਹੜਾ ਤਿੰਨ ਚਾਰ ਚਾਰ ਚੱਕਰ ਜਿਹੜੇ ਨਾ ਲਾਉਣੇ ਪੈਂਦੇ ਨੇ। ਔਰ ਇਹ ਵਾਲੇ ਜੇ ਕਹਿੰਦੇ ਹੋ ਤੰਦੂਰ ਨਾਲ ਦੇ ਨਾਲ ਜਿਹੜਾ ਬਣਾਈ ਰੱਖਣੇ ਆ, ਕਿਉਂਕਿ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ ਅੱਜ ਜਿਹੜਾ ਤਿੰਨੇ ਤੰਦੂਰ ਜਿਹੜੇ ਨਾ ਸੇਲ ਹੋ ਗਏ, ਇੱਕ ਜਿਹੜਾ ਉਧਾਰ ਗਿਆ ਦਾਣਿਆਂ ਦੇ ਕਾਰੇ 'ਤੇ, ਉਹ ਦੋ ਤੰਦੂਰ ਜਿਹੜੇ ਨਾ ਨਗਦ ਸੇਲ ਹੋ ਗਏ, ਸਭ ਲੋਕ ਘਰ ਦਾ ਖਰਚਾ ਜਿਹੜਾ ਬਣ ਗਿਆ। ਅਤੇ ਇਸੇ ਤਰ੍ਹਾਂ ਕਰਕੇ ਜੇ ਨਾਲ ਕੋਸ਼ਿਸ਼ ਕਰਨੀ, ਪਹਿਲੇ ਜਿੰਨੀ ਤਾਂ ਰਸ਼ ਜਿਹੜਾ ਤੰਦੂਰਾਂ ਦਾ ਕੋਈ ਨਹੀਂ ਹੁੰਦਾ, ਹੁਣ ਥੋੜ੍ਹੇ ਬਹੁਤੇ ਜਿਹੜੇ ਨਾ ਸੇਲ ਹੁੰਦੇ ਨੇ, ਜਿੰਨੇ ਕਿ ਉਹਨਾਂ ਨਾਲ ਦੇ ਨਾਲ ਜਿਹੜੇ ਨਾ ਬਣਾਈ ਰੱਖਾਂਗੇ। ਔਰ ਪਹਿਲੇ ਜਿਹੜਾ ਤੰਦੂਰ ਕੱਢੀਏ, ਫਿਰ ਜਿਵੇਂ ਕਿ ਦੱਸਿਆ ਮਿੱਟੀ, ਔਰ ਫਿਰ ਜਿਹੜਾ ਗਾਰਡਨ ਨੂੰ ਜਿਹੜਾ ਪਾਣੀ ਅੱਜ ਲਾਜ਼ਮਨ ਜਿਹੜਾ ਨਾ ਲਾਣਾ। ਹਾਂਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਤੇ ਅਸੀਂ ਜਿਹੜਾ ਤੰਦੂਰ ਕੱਢ ਲੈਂਦੇ ਹਾਂ, ਤੰਦੂਰ ਕੱਢ ਕੇ ਤੇ ਮਿੱਟੀ ਵੀ ਜਿਹੜੀ ਨੇ ਕੁੱਟ ਕੇ ਦੇਣੀ ਹੈ। ਮੌਸਮ ਖਰਾਬ ਹੈ ਅੱਜ, ਬੱਦਲ ਵਗੈਰਾ ਜਿਹਾ ਕਾਫੀ ਸਾਰਾ ਜਿਹੜਾ ਬੱਦਲ ਬਣਿਆ ਹੋਇਆ ਇਸ ਟਾਈਮ, ਜਿਹੜਾ ਕਾਫੀ ਬੱਦਲ ਜਿਹੜਾ ਬਣ ਜਾਂਦਾ ਹੈ। ਬਾਰਿਸ਼ ਆ ਰਹੀ ਸੀ, ਔਰ ਇਹ ਸਾਈਡ ਵਾਲ ਜਿਹੜਾ ਗੁੱਛੇ ਸਾਰੇ ਜਿਹੜੇ ਫੁੱਲਾਂ ਦੇ ਖਤਮ ਹੋ ਗਏ ਜਿਹੜੇ ਖਿਲੇ ਹੋਏ ਸੀ, ਤੇ ਇਹ ਲੈ ਜਿਹੜਾ ਤਾਜ਼ੇ ਫੁੱਲ ਜਿਹੜਾ ਹੁਣ ਫਰੈਸ਼ ਖਿਲੇ ਨੇ ਅੱਜ। ਕੱਲ ਛੋਟੇ ਛੋਟੇ ਸੀ ਤੇ, ਲੇਕਿਨ ਅੱਜ ਜਿਹੜਾ ਬਹੁਤ ਪਿਆਰੇ। ਔਰ ਇਸ ਬੂਟੇ ਦੀ ਇਹ ਖਾਸੀਅਤ ਹੈ ਕਿ ਗੁਲਦਸਤੇ ਵਾਂਗ ਜਿਹੜਾ ਫੁੱਲ ਜਿਹੜਾ ਖਿਲੇ ਹੋਣੇ, ਇੱਕ ਡੋਡੀ ਹੈ ਪਹਿਲੇ ਜਿਹੜਾ ਖਿਲ ਗਈ ਹੈ, ਨਹੀਂ ਤਾਂ ਬਿਲਕੁਲ ਜਿਹੜਾ ਬੜਾ ਖੂਬਸੂਰਤ ਜਿਹੜਾ ਖਿਲੇ, ਸਾਰੇ ਫੁੱਲ ਜਿਹੜੇ ਮੈਂ ਖਿਲੇ ਨੇ। ਇਹ ਜਿਹੜਾ ਗੁਲਾਬ ਟੈਗਰ, ਜਿਸ ਦਿਨ ਦਾ ਬੂਟਾ ਲੈਣ ਦਾ, ਇੰਨੇ ਇਸ 'ਤੇ ਫੁੱਲ ਇੱਕ ਦਫ਼ਾ ਹੀ ਨਹੀਂ ਲੱਗੇ, ਲੇਕਿਨ ਇਸ ਫੈਕੀ ਜਿਹੜਾ ਇਸ 'ਤੇ ਵੀ ਜਿਹੜਾ ਫੁੱਲ ਮਾਸ਼ਾਅੱਲਾ ਬਹੁਤ ਜ਼ਿਆਦਾ ਜਿਹੜੇ ਲੱਗੇ ਨੇ। ਔਰ ਮੌਸਮੀ ਮੇਰੇ ਜਿਹੜਾ ਕੁਛ ਕਾਮਯਾਬ ਜਿਹੜੇ ਹੋਏ ਨੇ, ਔਰ ਟਮਾਟਰਾਂ ਦੇ ਬੂਟੇ ਨੂੰ ਵੀ ਜਿਹੜਾ ਪਾਣੀ ਦੀ ਕਮੀ ਮਹਿਸੂਸ ਜਿਹੜਾ ਕਰਾ ਰਿਹਾ, ਪਾਣੀ ਮੰਗ ਰਿਹਾ, ਪਾਣੀ ਜਿਹੜਾ ਅੱਜ ਇਹਨੂੰ ਲਾਜ਼ਮਨ ਜਿਹੜਾ ਲਾਉਣਾ। ਔਰ ਜਿਹੜਾ ਬੂਟਾ ਜਿਹੜਾ ਮੈਂ ਇੱਥੋਂ ਪੱਟਿਆ ਸੀ ਨਾ, ਉਹਦੀ ਜੜ੍ਹ ਰਹਿੰਦੀ ਸੀ ਬੂਟੇ ਦੀ, ਉਹਦੀ ਜੜ੍ਹ ਜਿਹੜੀ ਨਾ ਬੜੀ ਅੱਛੀ ਤਰੀਕੇ ਨਾਲ ਜਿਹੜਾ
ਗਰੋਹ ਕਰ ਰਹੀ ਹੈ, ਜਿਹੜਾ ਬੂਟਾ ਨਿਕਲ ਰਿਹਾ ਔਰ ਮੈਂ ਵੀ ਇਹਨੂੰ ਨਹੀਂ ਛੇੜ ਰਿਹਾ। ਚਲੋ ਫੁੱਟਣ ਦੇਈਏ, ਨਾਲ ਨਾਲ ਫੁੱਲ ਵੀ ਜਿਹੜਾ ਤਿਆਰ ਹੋ ਜਾਵਣਗੇ। ਔਰ ਮਾਸ਼ਾਅੱਲਾ ਮੋਤੀਏ ਦਾ ਬੂਟਾ ਜਿਹੜਾ ਸਮਝ ਲਓ ਕਿ ਅਸੀਂ ਇਹਨੂੰ ਚੰਬੇਲੀ ਦਾ ਬੂਟਾ ਜਿਹੜਾ ਕਹਿੰਦੇ ਹਾਂ, ਕਾਫੀ ਸਾਰੇ ਬਹਿਣ ਵੀ ਕਮੈਂਟ ਕੀਤੇ ਨੇ ਕਿ ਮੋਤੀਏ ਦਾ ਬੂਟਾ, ਲੇਕਿਨ ਸਭ ਫੁੱਲਾਂ ਨਾਲੋਂ ਇਹਦੀ ਖੁਸ਼ਬੂ ਇੰਨੀ ਪਿਆਰੀ ਆ ਨਾ, ਬਹੁਤ ਹੀ ਪਿਆਰੀ ਜਿਹੜਾ ਖੁਸ਼ਬੂ ਸਪੈਸ਼ਲੀ ਇਸ ਬੂਟੇ ਦੀ ਆ। ਅਸੀਂ ਚੰਬੇਲੀ ਦਾ ਕਹਿੰਦੇ ਹਾਂ, ਕੁਛ ਬੈਂਡ ਵੀ ਕਾਫੀ ਸਾਰੇ ਕਮੈਂਟ ਵੀ ਕਰਦੇ ਨੇ ਕਿ ਇਜਾਜ਼ ਬਾਈ ਮੋਤੀਆ ਦਾ ਬੂਟਾ, ਪਰ ਜਿਹੜਾ ਬੂਟਾ ਦੀ ਖੁਸ਼ਬੂ ਜਿਹੀ ਨਾ ਬਹੁਤ ਹੀ ਜ਼ਿਆਦਾ। ਹਾਂਜੀ, ਅਤੇ ਤੰਦੂਰ ਜਿਹੜਾ ਚਾਰੇ ਜਿਹੜਾ ਬੈਰ ਕੱਢ ਲਏ ਔਰ ਇਹਨਾਂ ਨੇ ਜਿਹੜਾ ਮੂੰਹ ਬਣਾ ਲੈਂਦੇ ਹਾਂ ਕਿਉਂਕਿ ਹਾਰਡ ਹੋਏ ਹੁਣ, ਧੁੱਪ ਕਾਫੀ ਸਾਰੀ ਸੀ ਨਾ, ਦਾਤਰੀ ਚੱਕ ਲੈ ਇਹਨਾਂ ਜਿਹੜਾ ਮੂੰਹ ਹੀ ਬਣਾ ਲਵਾਂ ਨਾਲ ਨਾਲ, ਕਿਉਂਕਿ ਜਿਹੜਾ ਨਰਮ ਬਿਲਕੁਲ ਕੋਈ ਨਹੀਂ ਨੇ, ਹਾਰਡ ਨੇ। ਹੁਣ ਜਿਹੜਾ ਬਣ ਜਾਣਗੇ, ਅਗਰ ਜ਼ਿਆਦਾ ਜਿਹੜਾ ਖੁਸ਼ਕ ਹੋ ਗਏ ਨਾ ਫਿਰ ਜਿਹੜੇ ਨਹੀਂ ਬਣਨੇ, ਬਣ ਜਾਂਦੇ ਲੇਕਿਨ ਉਨੀ ਖੂਬਸੂਰਤੀ ਨਾਲ ਜਿਹੜੇ ਨਹੀਂ ਬਣਦੇ ਨੇ। ਔਰ ਮੈਂ ਬਾਕੀ ਸਾਰੇ ਬੈਂਡ ਬਾਈ ਖੁਸ਼ਖਬਰੀ ਵੀ, ਇੱਕ ਫਰੀਜ਼ਰ ਜਿਹੜਾ ਚਲਾ ਲਿਆ ਮੈਂ ਦੁਪਹਿਰ ਟਾਈਮ, ਜਿਹੜਾ ਉਹਦਾ ਬੋਰਡ ਵੀ ਲੈਣ ਦਾ ਸੀ, ਤਾਰ ਵੀ ਲੈਣ ਦੀ ਸੀ ਨਾ, ਔਰ ਇੱਕ ਸਾਈਡ ਵਾਲੀ ਜਿਹੜਾ ਫਿਟਿੰਗ ਕਰਕੇ ਔਰ ਫਰੀਜ਼ਰ ਜਿਹੜਾ ਚਲਾ ਲਿਆ, ਕੂਲਿੰਗ ਜਿਹੜਾ ਠੀਕ ਕਰ ਰਿਹਾ, ਕਿਉਂਕਿ ਫਰੀਜ਼ਰ 'ਚ ਜਿਹੜਾ ਇਸ ਨਾਲ ਜਿਹੜਾ ਵੱਡਾ ਫਰੀਜ਼ਰ ਜਿਹੜਾ ਆਉਣਾ ਸੀ, ਲੇਕਿਨ ਜਿਹੜਾ ਕੱਲ੍ਹ ਐਕਸਚੇਂਜ ਹੋ ਗਿਆ ਦੀ ਵਜ੍ਹਾ ਤੋਂ ਜਿਹੜਾ ਤਬਦੀਲ ਹੋ ਗਿਆ, ਉਹ ਫਰੀਜ਼ਰ ਜਿਹੜਾ ਰਹਿ ਗਿਆ, ਅਤੇ ਜਿੱਧਰ ਉਹ ਅੱਗੇ ਐਕਸਚੇਂਜ ਹੋ ਕੇ ਗਿਆ ਉਹਨਾਂ ਨੇ ਜਿਹੜਾ ਵੱਡਾ ਹੀ ਰੱਖ ਲਿਆ ਪੈਸੇ ਜਿਹੜਾ ਉਹਨਾਂ ਨੂੰ ਹੋਰ ਚੱਬਰੇ। ਅਤੇ ਹੁਣ ਜਿਹੜਾ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਇੱਕ ਹਫ਼ਤੇ ਬਾਅਦ ਜਿਹੜਾ ਫਰੀਜ਼ਰ ਤੈਨੂੰ ਜਿਹੜਾ ਮਿਲ ਜਾਵੇਗਾ, ਇਹ ਫਰੀਜ਼ਰ ਜਿਹੜਾ ਅਸੀਂ ਲੈ ਜਾਵਾਂਗੇ ਅਤੇ ਇੱਕ ਹਫ਼ਤੇ ਬਾਅਦ ਜਿਹੜਾ ਤੁਹਾਨੂੰ ਦੂਸਰਾ ਫਰੀਜ਼ਰ ਜਿਹੜਾ ਦੇ ਦੇਵਾਂਗੇ। ਲੇਕਿਨ ਮੈਂ ਕਿਹਾ ਫਿਲਹਾਲ ਇਹ ਜਿਹੜਾ ਰੱਖ ਲੈਂਦੇ ਹਾਂ ਕਿਉਂਕਿ 0 ਸੇਜ਼ ਨਹੀਂ ਹੈ, ਮੀਡੀਅਮ ਸਾਈਜ਼ ਆ, ਅਤੇ ਇਹ ਫਰੀਜ਼ਰ ਰੱਖ ਲੈਂਦੇ ਹਾਂ, ਬਹੁਤ ਅਗਰ ਇੱਕ ਹਫ਼ਤੇ ਬਾਅਦ ਜਿਹੜਾ ਫਰੀਜ਼ਰ ਦੇਵਣਗੇ ਉਹਦੀ ਵੀ ਕੋਈ ਨਹੀਂ ਗਰੰਟੀ ਵੀ ਇੱਕ ਹਫ਼ਤੇ ਬਾਅਦ ਵੀ ਜਿਹੜਾ ਮਿਲ ਜਾਵੇਗਾ, ਇੱਕ ਹਫ਼ਤੇ ਤੋਂ ਬਾਅਦ ਜਿਹੜਾ ਕਹਿਣਗੇ ਕਿ ਅਗਲੇ ਹਫ਼ਤੇ ਜਿਹੜਾ ਮਿਲੇਗਾ। ਇਸ ਨੂੰ ਬਿਹਤਰ ਸੀ ਕਿ ਮੈਂ ਆਖ ਜਿਹੜਾ ਇਹ ਵਾਲਾ ਫਰੀਜ਼ਰ ਹੀ ਜਿਹੜਾ ਰੱਖ ਲਈਏ, ਔਰ ਫਿਲਹਾਲ ਜਿਹੜਾ ਰਾਤ ਨੂੰ ਫਰੀਜ਼ਰ ਆਇਆ ਸੀ ਉਹਨੂੰ ਜਿਹੜਾ ਚਾਲੂ ਕਰ ਲਿਆ, ਔਰ ਫਿਲਹਾਲ ਜਿਹੜਾ ਉਹਨਾਂ ਨੇ ਕਿਹਾ ਸੀ 24 ਘੰਟੇ ਜਿਹੜਾ ਨੂੰ ਖਾਲੀ ਚਲਾਉਣਾ, 2 ਬੋਤਲਾਂ ਸਿਰੇ ਵੇਚ ਜਿਹੜੀਆਂ ਰੱਖੀਆਂ ਨੇ 24 ਘੰਟੇ ਜਿਹੜਾ ਚਲਾ ਕੇ, ਔਰ ਸਵੇਰੇ ਜਿਹੜਾ ਫਸਟ ਟਾਈਮ ਜਿਹੜਾ ਬੋਤਲਾਂ ਸ਼ਿਫਟ ਜਿਹੜਾ ਇਹਦੇ ਜਿਹੜਾ ਕਰ ਦਿਆਂ, ਮਗਰ ਫਰਿੱਜ ਜਿਹੜਾ ਬੰਦ ਕਰਤੀ ਆ ਕਿਉਂਕਿ ਸਪਲੇਜ਼ਰ ਜਿਹੜਾ ਉੱਧਰ ਜਿਹੜਾ ਚੱਕ ਕੇ ਜਿਹੜਾ ਲੈ ਗਏ ਹਾਂ, ਇਸ ਕਰਕੇ ਜਿਹੜਾ ਫਿਰ ਸਪਲੇਜ਼ਰ 'ਤੇ ਜਿਹੜਾ ਚੱਲ ਰਿਹਾ। ਔਰ ਸਵੇਰੇ ਅਸੀਂ ਫਸਟ ਟਾਈਮ ਜਿਹੜਾ ਬੋਤਲਾਂ ਸਾਰੀਆਂ ਸ਼ਿਫਟ, ਰਾਤ ਸਾਰੀ ਚੱਲਿਆ ਰਹੇ ਹੁਣ ਵੀ ਚੱਲਿਆ ਰਹੇ, ਅਤੇ ਸਵੇਰੇ ਫਸਟ ਟਾਈਮ ਆਪਾਂ ਬੋਤਲਾਂ ਜਿਹੜੀਆਂ ਉਹਦੇ 'ਚ ਫਿੱਟ ਕਰ ਦੇਵਾਂਗੇ, ਠੀਕ ਹੈ, ਜੋੜ ਦੇਵਾਂਗੇ। ਔਰ ਇਹ ਵੀ ਜਿਹੜਾ ਬਹੁਤ ਆ, ਸਮਝ ਲਓ ਕਿ ਇਹ ਵੀ ਡੇਲੀ ਦਾ ਰੂਟੀਨ ਵਾ, ਜਿਹੜਾ ਭਰਿਆ ਹੋਇਆ ਫਰੀਜ਼ਰ ਜਿਹੜਾ ਬੋਤਲਾਂ ਦਾ ਸੇਲ ਹੁੰਦਾ ਰਹੇ, ਮੈਨੂੰ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ, ਕਾਫੀ ਸਾਰੀਆਂ ਬੋਤਲਾਂ ਜਿਹੜੀਆਂ ਇਹਦੇ 'ਚ ਪੈ ਜਾਂਦੀਆਂ ਨੇ। ਪਾਰਟਨਰ ਜਿਹੜਾ ਮੇਰਾ ਦੁਕਾਨ ਦਾ, ਦੁਕਾਨ 'ਤੇ ਜਿਹੜਾ ਬੈਠਾ ਪਾਰਟਨਰ ਮੇਰਾ ਨੁਮਾਨ ਆ, ਕਿਉਂਕਿ ਨੁਮਾਨ ਮੇਰੇ ਤੋਂ ਬਾਅਦ ਜਿਹੜਾ ਨੁਮਾਨ ਦੁਕਾਨ ਜਿਹੜਾ ਸੰਭਾਲਦਾ ਔਰ ਬਹੁਤ ਹੁਸ਼ਿਆਰ ਆ। ਇੱਕ ਜਿਹੜਾ ਕੋਈ ਚੀਜ਼ ਦਾਨ ਨਹੀਂ ਕਰਦਾ, ਇੱਕ ਕਿਸੇ ਨੂੰ ਦਾਨ ਕਰਨ ਨਹੀਂ ਦਿੰਦਾ, ਅਤੇ ਬਸ ਇੱਕ ਮਿਸਟੇਕ ਹੋਈ ਸੀ ਜਦੋਂ ਅਸੀਂ ਸਮੋਸੇ ਪਕੌੜਿਆਂ ਦਾ ਫੱਟਾ ਲਾਉਂਦੇ ਸੀ, ਉਦੋਂ ਨੁਮਾਨ ਕੋਲ ਜਿਹੜਾ 200 ਰੁਪਈਆ ਚੱਕਿਆ ਗਿਆ ਸੀ, ਅਤੇ ਵਰਨਾ ਜਿਹੜਾ ਨੁਮਾਨ ਨੁਕਸਾਨ ਨਹੀਂ ਹੋਣ ਦਿੰਦਾ, ਕਸਟਮਰ ਜਿੰਨੇ ਹੀ ਆ ਜਾਣਗੇ ਸਾਰਿਆਂ ਨੂੰ ਬਰਾਬਰ ਜਿਹੜਾ ਸਮਾਨ ਹੀ ਦੇ ਦਿੰਦਾ, ਅਤੇ ਪੈਸੇ ਵਗੈਰਾ ਲੈਣ ਦੇਣ ਹੀ ਜਿਹੜਾ ਬਿਲਕੁਲ ਕਲੀਅਰ ਹੀ ਕਰਦਾ। ਔਰ ਮੈਨੂੰ ਜਿਹੜਾ ਦਾ ਬਹੁਤ ਆਸਰਾ, ਔਰ ਮਾਸ਼ਾਅੱਲਾ ਜਿਹੜਾ ਪੜ੍ਹਾਈ ਵੀ ਅੱਛੀ ਕਰ ਰਿਹਾ, ਅਤੇ ਨਾਲ ਦੇ ਨਾਲ ਮੈਨੂੰ ਜਿਹੜਾ ਕੰਮ ਅੱਛਾ ਜਿਹੜਾ ਨਾਲ ਇਵੇਂ ਹੀ ਹੁੰਦੀ ਨਾ, ਮਤਲਬ ਕਿ ਜ਼ਿਆਦਾਤਰ ਉਹ ਮਨ ਜਿਹਾ ਖੇਲਾਂ ਵਿੱਚ ਕੋਈ ਨਹੀਂ ਲੈਂਦਾ, ਕਾਰੋਬਾਰੀ ਜ਼ੇਨ, ਅਤੇ ਮਤਲਬ ਕਿ ਜਿਹੜਾ ਜਿਵੇਂ ਕਿ ਮੈਂ ਚਾਹੁੰਦਾ ਸੀ, ਅਲਹਮਦੁਲਿਲਾ ਮੇਰਾ ਬੇਟਾ ਜਿਹੜਾ ਉਸ ਤਰ੍ਹਾਂ ਜਿਹੜਾ ਪੜ੍ਹਾਈ ਕਰ ਰਿਹਾ, ਉਹ ਨੇਚਰ ਵੀ ਜਿਹੜਾ ਉਸੇ ਤਰੀਕੇ ਬਣ ਰਹੀ ਹੁੰਦੀ। ਔਰ ਮੈਂ ਮੂੰਹ ਇਹਨਾਂ ਦਾ ਜਿਹੜਾ ਬਣਾ ਲਵਾਂ, ਫਿਰ ਚੱਲ ਕੇ ਤੁਹਾਨੂੰ ਜਿਹੜਾ ਫਰੀਜ਼ਰ ਜਿਹੜਾ ਉਹ ਦਿਖਾਉਣਾ। ਔਰ ਬੇਗਾ ਵੀ ਜਿਹੜਾ ਮੈਂ ਸਬਜ਼ੀ ਲਿਆ ਕੇ ਦੇ ਲਵਾਂ, ਨਾਲ ਦੇ ਨਾਲ ਰੋਟੀ ਸਾਲਣ ਦਾ ਕਰ ਲੈਂਦੀ, ਮੈਂ ਵੀ ਜਿਹੜਾ ਕੋਈ 2-4 ਪੂਰ ਮਿੱਟੀ 'ਤੇ ਕੁੱਟ ਕੇ ਜਿਹੜਾ ਵੇ ਲੈਂਦਾ। ਔਰ ਫਿਲਹਾਲ ਪਿਛਲੇ ਸਾਲ ਵੀ ਜਿਹੜਾ ਰਿਕਵਰੀ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਸੀ, ਇਸ ਸਾਲ ਤੁਹਾਡੇ ਨਾਲ ਰਿਕਵਰੀ ਸ਼ੇਅਰ ਕਰਨੀ ਵੀ, ਦਾਣਿਆਂ ਦੀ ਰਿਕਵਰੀ ਕਿਸ ਤਰ੍ਹਾਂ ਹੁੰਦੀ ਆ, ਬੜੇ ਔਖੇ ਮੁਸ਼ਕਿਲ ਨਾਲ ਜਿਹੜਾ ਮਿਲਦੇ ਨੇ।
ਪਹਿਲਾਂ ਇੰਨੇ ਮੁਸ਼ਕਿਲ ਨਾਲ ਤੰਦੂਰ ਬਣਾਓ, ਫਿਰ ਉਹਨਾਂ ਨੂੰ ਜਿਹੜਾ ਪਿੰਡਾਂ 'ਚ ਸੇਲ ਕਰਕੇ ਆਓ, ਫਿਰ ਇੱਕ ਇੱਕ ਤੰਦੂਰ ਦੇ ਪਿੱਛੇ ਤਿੰਨ ਚਾਰ ਚਾਰ ਚੱਕਰ ਲਾਓ, ਬਹੁਤ ਹੀ ਮੁਸ਼ਕਿਲ ਜਿਹਾ ਕੰਮ ਆ। ਔਰ ਮੈਂ ਇਸ ਟਾਈਮ ਜਿਹੜਾ ਤਿੰਨ ਕੰਮ ਜਿਹੜਾ ਸੰਭਾਲ ਲਿਆ, ਇੱਕ ਜਿਹੜਾ ਤੰਦੂਰਾਂ ਦਾ ਕੰਮ, ਇੱਕ ਜਿਹੜਾ ਨਾਲ ਦੇ ਨਾਲ ਵਿਲਾਗ ਹੀ ਬਣਾਉਣਾ, ਔਰ ਨਾਲ ਦੇ ਨਾਲ ਦੁਕਾਨਦਾਰੀ ਜਿਹੜੀ ਨੇ ਵੀ ਕਰਨੀ ਆ, ਤਿੰਨ ਕੰਮ ਜਿਹੜੇ ਨਾ ਸੰਭਾਲ ਰਿਹਾ। ਔਰ ਅੱਗੇ ਮੇਰੀ ਸੈਟਿੰਗ ਬਣ ਰਵੇ ਆਨ ਕਰੀਬ ਇਨਸ਼ਾਲਾ, ਨਾਲ ਜਿਹੜਾ ਮੈਂ ਚੌਥਾ ਕੰਮ ਜਿਹੜਾ ਉਹ ਵੀ ਸ਼ੁਰੂ ਕਰ ਲੈਣਾ, ਸਮੋਸੇ ਪਕੌੜੇ ਨਾਲ ਜਿਹੜੇ ਲਾਉਣੇ ਸ਼ੁਰੂ ਕਰ ਦੇਵੇ। ਇੱਕ ਮੇਰੇ ਬਾਈ ਦਾ ਜਿਹੜਾ ਕਮੈਂਟ ਵੀ ਆਇਆ ਸੀ ਕਿ ਯਾਰ ਬਈ ਤੁਸੀਂ ਜਿਹੜਾ ਨਾਲ ਮੁਰਗੀਆਂ ਦੇ ਜਿਹੜਾ ਗੋਸ਼ਤ ਰੱਖੋ, ਨਾਲ ਮੁਰਗੀਆਂ ਰੱਖੋ, ਲੇਕਿਨ ਠੀਕ ਹੈ ਉਹਦੇ 'ਚ ਮੁਨਾਫਾ ਹੈ, ਲੇਕਿਨ ਜਿਹੜਾ ਹੁਣ ਕਾਰੋਬਾਰ ਹੈ, ਦੁਕਾਨ ਆ ਨਾ, ਇਹਦੇ ਵਿੱਚ ਮੁਰਗੀਆਂ ਵਾਲਾ ਫੱਟਾ ਮੈਂ ਜਿਹੜਾ ਨਹੀਂ ਲਾ ਸਕਦਾ, ਉਹ ਇਸ ਤਰ੍ਹਾਂ ਨਹੀਂ ਲਾ ਸਕਦਾ, ਕਿਉਂਕਿ ਇੰਨੀ ਕੁ ਮੱਖੀ ਜਿਹੜੀ ਨਾ ਬਣ ਜਾਂਦੀ ਨਾ ਉਹਦੇ 'ਤੇ, ਫਿਰ ਮੇਰਾ ਜਿਹੜਾ ਸਾਰਾ ਕਸਟਮਰ ਸਮਝ ਲਓ ਕਿ ਮੇਰੀ ਦੁਕਾਨਦਾਰੀ ਪਹਿਲੇ ਵਾਲੀ ਜਿਹੜੀ ਨਾ ਸਾਰੀ ਖਰਾਬ ਹੋਣੀ ਅਗਰ ਮੈਂ ਗੋਸ਼ਤ ਦਾ ਫੱਟਾ ਲਾਉਂਦਾ ਤਾਂ। ਇਸ ਵਾਸਤੇ ਮਾਜ਼ਰਤ, ਮੈਂ ਗੋਸ਼ਤ ਦਾ ਫੱਟਾ ਜਿਹੜਾ ਨਾ ਨਹੀਂ ਲਾ ਸਕਦਾ, ਕਿਉਂਕਿ ਇੰਨੀ ਕੁ ਮੱਖੀ ਬਣੇਗੀ ਨਾ, ਔਰ ਦੂਸਰੇ ਨੰਬਰ 'ਤੇ ਉਹਦੀ ਸਮੈਲ ਜਿਹੜੀ ਨਾ ਬਹੁਤ ਅਜੀਬ ਜਿਹੀ ਆਉਂਦੀ ਹੈ ਇਸ ਵਜ੍ਹਾ 'ਤੇ ਜਿਹੜਾ ਨਾ, ਕਿਉਂਕਿ ਉਵੇਂ ਹੀ ਜਿਹੜਾ ਨਾ ਸਾਰਾ ਗੰਦ ਪਿੰਨ ਕਚਰਾ ਵਗੈਰਾ ਜਿਹੜਾ ਨਾ ਉੱਥੇ ਹੀ ਹੁੰਦਾ ਨਾ, ਇਸ ਵਜ੍ਹਾ 'ਤੇ ਜਿਹੜਾ ਨਾ ਮੈਂ ਨਹੀਂ ਲਾ ਸਕਦਾ। ਸਮੋਸੇ ਪਕੌੜਿਆਂ ਦੇ ਅੱਗੇ ਮੈਂ ਕਾਊਂਟਰ ਵਗੈਰਾ ਬਣਾ ਕੇ ਸੈਟਿੰਗ ਕਰਕੇ ਵੀ ਆਈ ਪੀ ਸਮਾਨ ਜਿਹੜਾ ਉੱਥੇ ਰੱਖ ਸਕਣਾ, ਅਤੇ ਜਿਹੜਾ ਤੁਸੀਂ ਆਖੋਗੇ ਨਾ ਮੁਰਗੀਆਂ ਦਾ ਫੱਟਾ ਲਾਵਾਂਗਾ, ਲੇਕਿਨ ਉਹ ਮੈਨੂੰ ਲਾ ਨਹੀਂ ਸਕਦਾ, ਕਿਉਂਕਿ ਮੁਰਗੀਆਂ ਦਾ ਸਮਝ ਲਓ ਕਿ ਫੱਟਾ ਲਾਇਆ ਤਾਂ ਮੈਂ ਮੁਰਗੀਆਂ ਦੇ ਅੱਗੇ ਰਹਿ ਜਾਣਾ, ਬਾਕੀ ਕਸਟਮਰ ਦੁਕਾਨ 'ਤੇ ਕੋਈ ਵੀ ਨਹੀਂ ਆਉਂਦਾ, ਇਤਨਾ ਕਚਰਾ ਹੋ ਜਾਣਾ। ਇਹ ਗਰਮੀਆਂ ਨੇ ਮੱਖੀਆਂ ਬਹੁਤ ਜ਼ਿਆਦਾ ਹੋਣੀਆਂ ਨੇ। ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ, ਹੁਣ ਪਹਿਲਾਂ ਨਾਲ ਜਿਹੜੀ ਨਾ ਦੁਕਾਨ ਵੀ ਜਿਹੜੀ ਨਾ ਮੇਰੀ ਠੀਕ ਚੱਲ ਰਹੀ ਆ, ਬਸ ਡੇਲੀ ਰੂਟੀਨ ਵਾਈਜ਼ ਜਿਹੜਾ ਦੁਕਾਨ ਦੀ 10,000 ਸੇਲ ਹੋ ਜਾਵੇ ਨਾ, ਫਿਰ ਜਿਹੜਾ ਵਿੱਚੋਂ ਕਸਮ ਵੱਲੋਂ ਘਰ ਦਾ ਖਰਚਾ ਜਿਹੜਾ ਨਿਕਲ ਜਾਂਦਾ, ਹਾਲੇ ਤੱਕ ਸੇਲ ਥੋੜ੍ਹੀ ਬਹੁਤੀ ਜਿਹੜੀ ਨਾ ਕੰਮ ਆ, ਇਨਸ਼ਾਲਾ ਆਹਿਸਤਾ ਆਹਿਸਤਾ ਜਿਹੜਾ ਨਾ ਠੀਕ ਹੋ ਜਾਵੇ, ਕਿਉਂਕਿ ਹੁਣ ਕਣਕਾਰ ਹੀ ਨਾਲ ਜਿਹੜੀ ਨਾ ਕਣਕ ਦੀ ਖਰੀਦ ਕਰਾਂਗੇ, ਜਿਹੜੇ ਬੱਚੇ ਵੇਚ ਦੇਣ ਨਾ 1 ਕਿਲੋ ਦਾਣੇ 2 ਕਿਲੋ ਦਾਣੇ, ਇਸੇ ਤਰ੍ਹਾਂ ਕਰਕੇ ਜਿਹੜੇ ਉਹ ਵੀ ਨਾਲ ਦਾਣੇ ਜਿਹੜੇ ਨਾ ਲਈ ਰੱਖਾਂਗੇ ਅਤੇ ਨਾਲ ਜਿਹੜੇ ਜਮ੍ਹਾਂ ਕੀਤੇ ਰੱਖਾਂਗੇ, ਕਿਉਂਕਿ ਸ਼ਹਿਰ ਨਾਲ ਜਿਹੜੇ ਨਾ 200 ਰੇਟ ਜਾਂ 100 ਰੇਟ ਜਿਹੜੇ ਨਾ ਘੱਟ ਮਣ ਦਾਣਿਆਂ ਦਾ ਲਿਆ, ਇਸੇ ਤਰ੍ਹਾਂ ਕਰਕੇ ਚਾਰ ਆਨੇ ਉਧਰੋਂ ਜਿਹੜੇ ਨਾ ਬਚਦੇ ਰਹਿਣਗੇ। ਅੱਗੇ ਫਿਰ ਰੂਹ ਦਾ ਸੀਜ਼ਨ ਆਵੇਗਾ, ਰੂਹ ਵੀ ਆਪਾਂ ਇੱਥੇ ਜਿਹੜੇ ਨਾ ਲਈ ਕਰਾਂਗੇ। ਚਲੇ ਆਉਂ ਦੁਕਾਨ 'ਤੇ, ਦੁਕਾਨ 'ਤੇ ਮੈਂ ਆ ਕੇ ਜੇ ਚੱਕਰ ਲਾ ਲਈਏ, ਫਿਰ ਆਉਂਦੇ ਹਾਂ। ਸਭ ਤੋਂ ਪਹਿਲੇ ਜਿਹੜਾ ਗਾਰਡਨ ਨੂੰ ਪਾਣੀ ਦੇ ਲਈ, ਗਾਰਡਨ ਨੂੰ ਪਾਣੀ ਦੇ ਕੇ ਉਸ ਤੋਂ ਬਾਅਦ ਜਿਹੜਾ ਮਿੱਟੀ ਜਿਹੜੀ ਨਾ ਉਹ ਪੁੱਟ ਲੈਂਦੇ ਹਾਂ, ਕਿਉਂਕਿ ਤੱਲਾ ਜਿਹੜਾ ਉਹ ਫੁੱਲ ਵੀ ਸਮੇਂ 3-4 ਦਿਨ ਹੋ ਗਏ ਪਾਣੀ ਨਹੀਂ ਲਾਇਆ। ਫਰੀਜ਼ਰ ਜਿਹੜਾ ਚਲਾਇਆ ਹੋਇਆ ਮੈਂ ਕਿ ਸਾਰੇ ਭੈਣ ਭਾਈਆਂ ਨੇ ਜਿਹੜਾ ਹੁਣ ਸ਼ੇਅਰ ਕਰ ਦੀ ਫਰੀਜ਼ਰ, ਔਰ ਬਹੁਤ ਹੀ ਪਿਆਰੇ ਜਿਹੜਾ ਨਾ ਫਰੀਜ਼ਰ ਆ, ਔਰ 2 ਬੋਤਲਾਂ ਬਾਈ ਹੋਰਾਂ ਨੇ ਜਿਹੜੀਆਂ ਕਹੀਆਂ ਸੀ ਉਹ ਜਿਹੜੀਆਂ ਰੱਖੀਆਂ, ਔਰ ਕੂਲਿੰਗ ਜਿਹੜੀ ਨਾ ਬਹੁਤ ਹੀ ਅੱਛੀ ਜਿਹੜੀ ਨਾ ਕਰ ਰਿਹਾ। ਉਹਨਾਂ ਨੇ ਕਿਹਾ ਸੀ ਕਿ 24 ਘੰਟੇ ਜਿਹੜਾ ਇਹਨੂੰ ਚਲਾਉਣਾ, ਜਾਂ ਕਮ ਅਜ਼ ਕਮ ਜਿਹੜਾ 12 ਘੰਟੇ ਜਿਹੜਾ ਐਵੇਂ ਹੀ ਇਹਨੂੰ ਖਾਲੀ ਨੂੰ ਜਿਹੜਾ ਚਲਾਉਣਾ, ਔਰ ਫਿਰ ਜਿਹੜੇ ਇਹਦੇ 'ਚ ਬੋਤਲਾਂ ਜਿੰਨੀਆਂ ਮਰਜ਼ੀ ਜਿਹੜਾ ਰੱਖ ਲਏ, ਲੇਕਿਨ ਜਿਹੜਾ ਜ਼ਿਆਦਾ ਸ਼ੁਰੂ ਤੋਂ ਨਹੀਂ ਬੋਤਲਾਂ ਰੱਖਣੀਆਂ, ਥੋੜ੍ਹੀਆਂ ਬਹੁਤੀਆਂ ਜਿਹੜੀਆਂ ਕਮ ਬੋਤਲਾਂ ਰੱਖਾਂਗੇ, ਔਰ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ। ਇਸ ਚੀਜ਼ ਦੀ ਕਾਫੀ ਸਾਰੀ ਜਿਹੜੀ ਨਾ ਪਰੇਸ਼ਾਨੀ ਬਣਦੀ ਸੀ, ਉਧਰੋਂ ਜਿਹੜੇ ਨਾ ਚੱਕਣੇ ਪੈਂਦੇ ਬੰਦ ਕਰਨੀ ਗਿਆ ਫਤਮ ਗੱਲਾਂ, ਉਧਰੋਂ ਜਾ ਕੇ ਘਰੋਂ ਜਿਹੜੀਆਂ ਬੋਤਲਾਂ ਚੱਕਣੀਆਂ ਪੈਂਦੀਆਂ ਸੀ, ਇਸ ਕਰਕੇ ਜਿਹੜੇ ਨਾ ਹੁਣ ਪਰੇਸ਼ਾਨੀ ਵਗੈਰਾ ਜਿਹੜੀ ਕੋਈ ਨਹੀਂ ਆ, ਸਵੇਰੇ ਫਸਟ ਟਾਈਮ ਨਾਲ ਜਿਹੜੇ ਨਾ ਬੋਤਲਾਂ ਸਾਰੀਆਂ ਜਿਹੜੀਆਂ ਦੇ ਜਿਹੜੇ ਨਾ ਸ਼ਿਫਟ ਕਰ ਦੇਵਾਂਗੇ। ਔਰ ਮੈਂ ਵੀ ਹੁਣ ਜਿਹੜਾ ਚੱਲਣਾ, ਚੱਲ ਕੇ ਜਿਹੜੇ ਨਾ ਸਾਰਿਆਂ ਤੋਂ ਪਹਿਲੇ ਜਿਹੜੇ ਨਾ ਬੇਗਮ ਨੂੰ ਜਿਹੜੇ ਨਾ ਸਬਜ਼ੀ ਜਿਹੜੀ ਨਾ ਉਹ ਲਿਆ ਕੇ ਦੇ ਦਿੰਦੇ ਹਾਂ, ਸਬਜ਼ੀ ਲਿਆ ਦਿੰਦੇ, ਉਹ ਸਾਰਾ ਰੋਟੀ ਸਾਲਣ ਜਿਹੜਾ ਕਰ ਲਵੇਗੀ, ਮੈਂ ਨਾਲ ਦੇ ਨਾਲ ਜਿਹੜੇ ਨਾ ਘਰ ਦੇ ਸਾਰੇ ਕੰਮ ਜਿਹੜੇ ਨਾ ਉਹ ਖਤਮ ਕਰ ਲਵਾਂਗਾ, ਹਨੂੰਮਾਨ ਸਾਹਿਬ ਜਿਹੜਾ ਦੁਕਾਨ 'ਤੇ ਪਵੇਗਾ।
ਹਾਂਜੀ ਤੇ ਮੈਂ ਵੀ ਚਲਾ ਗਿਆ ਸੀ ਸਬਜ਼ੀ ਲੈਣ, ਹੁਣ ਸਬਜ਼ੀ ਜਿਹੜੀ ਲੈਣ ਦੀ ਹੋਰ ਸਬਜ਼ੀ ਤੇ ਜਿਹੜੀ ਨਾ ਬਾਈ ਕੋ ਮਿਲੀ ਕੋਈ ਨਹੀਂ, ਗੋਭੀ ਪਿਆ ਸੀ, ਆਲੂ ਤੇ ਮਸਾਲਾ ਜਿਹੜਾ ਨਾ ਉਹ ਲੈ ਲਿਆ। ਆਲੂ ਗੋਭੀ ਜਿਹੜੀ ਨਾ ਅੱਜ ਬਣਾ ਲਵਾਂਗੇ, ਕੱਲ ਮਾਸ਼ਾਅੱਲਾ ਜਿਹੜਾ ਨਾ ਭਿੰਡੀ ਗੋਸ਼ਤ ਜਿਹੜਾ ਨਾ ਉਹ ਬਣਾਇਆ ਸੀ, ਔਰ ਅੱਜ ਅਸੀਂ ਜਿਹੜਾ ਨਾ ਬਣਾ ਰਹੇ ਹਾਂ ਆਲੂ ਗੋਸ਼ਤ, ਆਲੂ ਗੋਭੀ ਜਿਹੜੀ ਨਾ ਉਹ ਬਣਾ ਰਹੇ ਹਾਂ। ਔਰ ਬੇਗਮ ਜਿਹੜਾ ਨਾ ਆਟਾ ਜਿਹੜਾ ਨਾ ਪਹਿਲੇ ਗੁੰਨ ਲਈ ਆ, ਤੇ ਮੈਂ ਵਾਅਦਾ ਕਰਨਾ ਜਲਦ ਤੋਂ ਜਲਦ ਕਿਚਨ ਤੇਰਾ ਜਿਹੜਾ ਤਿਆਰ ਕਰ ਦੇਵਾਂਗੇ, ਪਰੇਸ਼ਾਨ ਨਹੀਂ ਹੋਣਾ, ਠੀਕ ਹੋ ਗਿਆ ਨਾ? ਹਾਂ ਹਾਂ, ਤੰਦੂਰ ਵੀ ਆਪਾਂ ਜਿਹੜਾ ਨਾਲ ਲਾਨੇ ਹੋਣਾ ਨਿਕਲ ਗਿਆ ਨਾ ਜਿਹੜਾ ਉਹ ਵਿੱਚ ਪਿਆ ਨਾ ਸਭ ਤੋਂ ਛੋਟਾ, 4 ਇੰਚ ਜਿਹੜਾ ਛੋਟਾ ਤੰਦੂਰ ਪਿਆ ਉਹ ਵਾਲਾ ਜਿਹੜਾ ਆਪਾਂ ਲਾ ਲਿਆ ਘਰ ਵਾਸਤੇ, ਤਾਂ ਕਿ ਲੱਕੜਾਂ ਹੀ ਅੱਗੇ ਹੁਣ ਇੰਨੀਆਂ ਜ਼ਿਆਦਾ ਮਹਿੰਗੀਆਂ, ਜ਼ਿਆਦਾ ਵੱਡਾ ਲਾਵਾਂਗੇ ਤੇ ਇਤਨਾ ਇਸਤੇਮਾਲ ਜਿਹੜਾ ਬਾਲਣ ਹੋਵੇਗਾ, ਐਵੇਂ ਹੀ ਨਾ? ਹਾਂ, ਕਿਉਂਕਿ ਜਿਹੜਾ 4 ਦੀਵਾਰੀ ਉਹ ਸਵੇਰੇ ਚੁੱਲ੍ਹੇ ਇਸਤੇਮਾਲ ਕਰ ਲਾ, ਬਾਅਦ 'ਚ ਆਪਾਂ ਰਿਪੇਅਰ ਕਰ ਲਵਾਂਗੇ, ਕੋਈ ਮਸਲਾ ਨਹੀਂ, ਠੀਕ ਹੈ ਨਾ? ਹਾਂ, ਸਵੇਰੇ ਚੁੱਲ੍ਹੇ ਇਸਤੇਮਾਲ ਕਰ ਲਈ, ਕਿਉਂਕਿ ਆਹ ਕੰਮ ਜਿਹੜਾ ਬੜਾ ਅਜੀਬ ਜਿਹਾ ਲੱਗ ਰਿਹਾ, ਉੱਥੇ ਜਿਹੜਾ ਬਣਾਉਣਾ ਉੱਥੇ ਦੋ ਦੋ ਇੱਟਾਂ ਆਪਾਂ ਅੱਗੇ ਹੋਰ ਲਾ ਦੇਣੀਆਂ, ਤਾਂ ਕਿ ਜਿਹੜਾ ਥੋੜ੍ਹੀ ਚੜੀ ਥੜੀ ਹੋ ਜਾ ਸੀ, ਠੀਕ ਹੈ ਨਾ? ਕੋਲੇ ਪੈਣ ਨਾ ਕੋਲ ਤੋਂ ਬਾਅਦ, ਲੇਕਿਨ ਇਸੇ ਤਰ੍ਹਾਂ ਕਰਕੇ ਜਿਹੜਾ ਨਾ, ਕਿਉਂਕਿ ਮੈਂ ਇਹੀ ਕੰਮ ਜਿਹੜਾ ਨਹੀਂ ਚਾਹੁੰਦਾ ਸੀ ਨਾ ਕਿ ਸਾਫ਼ ਸਫਾਈ ਹੋਵੇ, ਇਸ ਕਰਕੇ ਜਿਹੜਾ ਨਾ ਕਿਚਨ ਜਿਹੜਾ ਨਾ ਮੈਂ ਬਣਾ ਰਿਹਾ, ਤਾਂ ਕਿ ਜਿਹੜਾ ਨਾ ਬਿਲਕੁਲ ਸਾਫ਼ ਸੁਥਰਾ ਜਿਹੜਾ ਨਾ ਮਾਹੌਲ ਹੋਵੇ। ਔਰ ਮੈਂ ਹੁਣ ਸਭ ਤੋਂ ਪਹਿਲੇ ਜਿਹੜਾ ਨਾ ਗਾਰਡਨ ਨੂੰ ਪਾਣੀ ਦੇ ਲਵਾਂ, ਤੇ ਫਿਰ ਜਿਹੜਾ ਨਾ ਮੈਂ, ਤੁਸੀਂ ਯਾਰ ਰੋਟੀ ਸਾਲਣ ਤੂੰ ਬਣਾ ਲਾ, ਤੇ ਨਹੀਂ ਗੱਟਾ ਮਿੱਟੀ ਉਦੋਂ ਉੱਡਸੀ ਨਾ, ਗੱਟਾ ਉੱਡਸੀ ਮਿੱਟੀ ਕੁੱਟਣ ਲੱਗਿਆ, ਕਿਉਂਕਿ ਹਵਾ ਵੀ ਉਹਨਾਂ ਦੀ ਚੱਲ ਰਹੀ ਹੈ ਨਾ, ਮੈਂ ਅਗਰ ਮਿੱਟੀ ਕੁੱਟੀ ਸਾਰੀ ਮਿੱਟੀ ਉੱਡ ਕੇ ਉਹ ਆਉਣੀ ਆ। ਹਾਂ, ਪਹਿਲੇ ਰੋਟੀ ਸਾਲਣ ਦੀ ਕਰ ਲਾ, ਤੇ ਫਿਰ ਜਿਹੜਾ ਆਪਾਂ ਮਿੱਟੀ ਕੁੱਟ ਲਈ, ਮੈਂ ਉਨੀ ਦੇਰ ਤੱਕ ਗਾਰਡਨ ਪਾਣੀ ਲਾ ਲਈ ਨਾ, ਠੀਕ ਹੋ ਗਿਆ ਨਾ? ਬਾ ਮੈਨੂੰ ਮਾਂ ਨਾਲ ਜਿਹੜਾ ਚੱਕਰ ਲਾ ਲਵਾਂ। ਔਰ ਬੱਦਲ ਜਿਹੜਾ ਨਾ ਸ਼ਾਮ ਟਾਈਮ ਬਹੁਤ ਹੀ ਖੂਬਸੂਰਤ ਜਿਹੜਾ ਨਾ ਪਿੰਡ ਲੱਗ ਰਿਹਾ, ਐਦਰੀ ਸਾਈਡ ਤੋਂ ਬਹੁਤ ਹੀ ਪਿਆਰਾ ਲੱਗ ਰਿਹਾ। ਔਰ ਕਣਕਾਂ ਵੀ ਜਿਹੜਾ ਨਾ ਤੁਹਾਨੂੰ ਨਜ਼ਰ ਸਿਰਫ ਹਫ਼ਤਾ ਆਵਣਗੀਆਂ, ਉਸ ਤੋਂ ਬਾਅਦ ਜਿਹੜੀ ਨਾ ਸਾਰੀਆਂ ਮਾਸ਼ਾਅੱਲਾ ਜਿਹੜੀ ਨਾ ਕਟੀਜ ਜਾਣੀਆਂ ਨੇ। ਔਰ ਦੁਆ ਕਰਿਆ ਹੁਣ ਹਫ਼ਤਾ ਜਿਹੜਾ ਨਾ ਬਾਰਿਸ਼ ਨਾ ਹੋਵੇ, ਕਿਉਂਕਿ ਫਸਲ ਜਿਹੜੀ ਨਾ ਪੱਕਿਆ ਹੋਇਆ, ਖੈਰ ਸਲਾਮ ਜਿਹੜੀ ਨਾ ਹਰ ਕੋਈ ਜਿਹੜੀ ਨਾ ਫਸਲ ਚਾਹ ਲਵੇ, ਉਸ ਤੋਂ ਬਾਅਦ ਜਿਹੜਾ ਬਾਰਿਸ਼ ਆ ਜਾਵੇ। ਔਰ ਤਰਬੂਜ਼ ਦੀ ਮਤਲਬ ਮਤੀਰਿਆਂ ਦੀ ਫਸਲ ਜਿਹੜੀ ਨਾ ਪੱਕ ਕੇ ਤਿਆਰ ਹੋ ਚੁੱਕੀ ਆ, ਸਬਜ਼ੀਆਂ ਮਾਸ਼ਾਅੱਲਾ ਜਿਹੜੀ ਨਾ ਉਹਨਾਂ ਨੇ ਕੱਟਣੀਆਂ ਜਿਹੜੀ ਨਾ ਸ਼ੁਰੂ ਕਰਤੀਆਂ, ਲੇਕਿਨ ਜਿਸ ਦਿਨ ਦੀ ਸਬਜ਼ੀ ਜਿਹੜੀ ਨਾ ਬੀਜੀ ਆਈ, ਮੈਂ ਕਿਹਾ ਸੀ ਸਾਰੇ ਬੈਣ ਬਈ ਚੱਲਣੇ ਆ, ਚੱਲ ਕੇ ਜਿਹੜੀ ਵਿਜ਼ਿਟ ਕਰਨੇ ਆ, ਲੇਕਿਨ ਟਾਈਮ ਲੱਗਿਆ ਹੀ ਨਹੀਂ, ਨਾ ਹੀ ਜਿਹੜਾ ਨਾ ਉੱਧਰ ਜਿਹੜਾ ਉਧਰਲੀ ਸਾਈਡ ਵੱਲ ਜਿਹੜਾ ਨਾ ਚੱਕਰ ਲੱਗਿਆ। ਅਤੇ ਕੋਈ ਨਹੀਂ, ਦਿਲ ਮੇਰੀ ਆ ਕਿ ਸਵੇਰੇ ਜਿਹੜਾ ਨਾ ਲਾਜ਼ਮਨ ਜਿਹੜਾ ਚੱਲ ਕੇ ਜਿਹੜਾ ਨਾ ਦੇਖ ਆਉਂਦੇ ਹਾਂ। ਔਰ ਇਸ ਵਕਤ ਮਤੀਰਿਆਂ ਦੀ ਤਾਂ ਸਮਝ ਲਓ ਕਿ ਪਰੇਸ਼ਾਨੀ ਕੋਈ ਨਹੀਂ ਆ, ਖਾਣ ਵਾਸਤੇ ਜਿਹੜਾ ਨਾ ਇੱਧਰ ਵੀ ਗੱਡੇ ਹੋਣ, ਸਾਹਮਣੇ ਜਿਹੜਾ ਨਾ ਫਰੰਟ ਵਾਲੀ ਸਾਈਡ ਵਾਲੀ ਜਿਹੜਾ ਫਸਲਾਂ 'ਤੇ ਜਿਹੜਾ ਨਾ ਮਤੀਰੇ ਜਿਹੜਾ ਨਾ ਗੱਡੇ ਹੋਣ, ਦੁਕਾਨ ਤੋਂ ਮੁੱਲ ਲੈਣ ਦੀ ਜ਼ਰੂਰਤ ਕੋਈ ਨਹੀਂ, ਇੱਥੋਂ ਜਿਹੜਾ ਨਾ ਥੋੜ੍ਹੇ ਬਹੁਤੇ ਜਿਹੜਾ ਨਾ ਰਹਿਤ ਮਤੀਰੇ ਜਿਹੜਾ ਨਾ ਮਿਲ ਕੇ ਕਰਨਗੇ। ਹਾਂਜੀ, ਅਤੇ ਪੈਪ ਜਿਹੜਾ ਨਾ ਮੈਂ ਚਲਾ ਲਿਆ, ਔਰ ਬੱਤਲੇ ਨੂੰ ਜਿਹੜਾ ਸਿਰੇ ਪਾਣੀ ਦੇ ਰਿਹਾ, ਬੱਦਲ ਕਾਫੀ ਸਾਰਾ, ਮੈਂ ਕਿਹਾ ਸ਼ਾਇਦ ਬਾਰਿਸ਼ ਆ ਸਕਦੀ, ਇਸ ਕਰਕੇ ਬੱਤਿਆਂ ਨੂੰ ਪਾਣੀ ਜਿਹੜਾ ਮੈਂ ਕੋਈ ਨਹੀਂ ਲਾ ਰਿਹਾ, ਸਿਰਫ ਜਿਹੜਾ ਤੱਲੇ ਨੂੰ ਪਾਣੀ ਜਿਹੜਾ ਮੈਂ ਲਾ ਰਿਹਾ। ਅਗਰ ਬਾਰਿਸ਼ ਨਾ ਆਈ ਤਾਂ ਸਵੇਰੇ ਸਾਂਝ ਰਹੇ ਜਿਹੜਾ ਸਾਰੇ ਖੱਡਿਆਂ 'ਚ ਪਾਣੀ ਜਿਹੜਾ ਲਾ ਦੇਵਾਂਗੇ। ਪਾਣੀ ਪੂਰਾ ਟਮਾਟਰਾਂ ਦੇ ਬੂਟਿਆਂ ਜਿਹੜਾ ਲਾ ਲਈਏ, ਸੁੱਕਦਾ ਪਿਆ। ਉਹ ਨਜਾਬ ਫਾਤਮਾ ਪਾਣੀ ਨੂੰ ਮਾਣੀ ਸੱਦੀ। ਦਿਲ ਕਰ ਰਿਹਾ ਖੱਡਿਆਂ ਨੂੰ ਬਾਹਰ ਦੇਵਾਂ, ਲੇਕਿਨ ਬੱਦਲ ਵੀ ਕਾਫੀ ਸਾਰਾ। ਪਾਣੀ ਮੌਸਮੀ ਥੋੜਾ ਜਿਹਾ ਪਾਣੀ ਲਾ ਦੇਈਏ। ਦੁਆ ਕਰਿਆ ਜਿਹੜੇ ਦਾਣੇ ਲੱਗੇ ਖੋਤੇ ਨੇ ਕਾਮਯਾਬ ਹੋ ਜਾਣ। ਔਰ ਮੈਂ ਜਿਹੜਾ ਪਾਣੀ ਜਿਹੜਾ ਲਾ ਲਵਾਂ ਤੱਲੇ ਨੂੰ ਵੀ ਤੇ ਨਾ। ਹਾਂਜੀ, ਤੇ ਪਾਣੀ ਜਿਹੜਾ ਨਾ ਗਾਰਡਨ ਜਿਹੜਾ ਦੇ ਦਿੱਤਾ, ਔਰ ਬੂਟਿਆਂ ਨੂੰ ਜਿਹੜਾ ਨਾ ਪਾਣੀ ਮੈਂ ਬਿਲਕੁਲ ਕੋਈ ਨਹੀਂ ਲਾਇਆ, ਬਸ ਤੱਲੇ 'ਤੇ ਜਿਹੜਾ ਨਾ ਪਾਣੀ ਥੋੜ੍ਹਾ ਬਹੁਤਾ ਜਿਹੜਾ ਛਿੜ ਗਿਆ, ਕਿਉਂਕਿ ਬੱਦਲ ਜਿਹੜਾ ਨਾ ਕਾਫੀ ਸਾਰਾ ਆ ਗਿਆ ਔਰ ਠੰਡੀ ਹਵਾ ਚੱਲ ਰਹੀ ਆ, ਇਸ ਕਰਕੇ ਜਿਹੜਾ ਨਾ ਖੱਡੇ ਮੈਂ ਕੋਈ ਨਹੀਂ ਭਰਿਆ, ਮੈਂ ਆਖਿਆ ਬਾਰਿਸ਼ ਆਵੇਗੀ ਸ਼ਾਇਦ ਇਸ ਵਜ੍ਹਾ ਤੋਂ।
ਨਹੀਂ ਜੇ ਬਾਰਾਂ ਚ ਨਾ ਆਈ ਤਾਂ ਸਵੇਰੇ ਜੇ ਫਸਟ ਟਾਈਮ ਫਿਰ ਜੇ ਪਾਣੀ ਜਾਣਾ ਖੱਡਿਆਂ ਨੂੰ ਲਾ ਦੇਵਾਂਗਾ। ਉਹ ਰੋਟੀਆਂ ਵੀ ਜੇ ਸਾਲਣ ਪਾ ਕੇ ਤਿਆਰ ਹੋ ਰੱਖੋ ਤਾਂ ਰੋਟੀ ਪੱਕ ਜਾਂਦੀ ਆ ਨਾ, ਤੇ ਫਿਰ ਜੇ ਤੰਦੂਰ ਵੀ ਡੋ ਕੇ ਪੈਰ ਰੱਖ ਲਈ ਔਰ ਮਿੱਟੀ ਜੇ ਉਹ ਕੁੱਟ ਲੈਂਦੇ ਹਾਂ। ਔਰ ਹਵਾ ਜੇ ਅੱਜ ਤੇਜ਼ ਆ ਨਾ, ਇਸ ਕਰਕੇ ਜੇ ਬੜੀ ਮੁਸ਼ਕਿਲ ਨਾਲ ਜੇ ਅੱਗ ਹੀ ਬਾਲ ਰਹੀ ਆ। ਆਗ ਤਾਂ ਬਲਕਿ ਪਹਿਲੇ ਨੂੰ ਜ਼ਿਆਦਾ ਤੇਜ਼ ਹੋ ਗਈ ਹੈ, ਲੇਕਿਨ ਜੇ ਇਹਨਾਂ ਸੇਕਾ ਕੰਮ ਲੱਗ ਰਿਹਾ ਕਿਉਂਕਿ ਹਵਾ ਤੇਜ਼ ਆ, ਆਗ ਜ਼ਿਆਦਾ ਇੱਧਰ ਉੱਧਰ ਫਜ਼ੂਲ ਜਾ ਰਹੀ ਆ। ਹਾਂ ਕਿਉਂਕਿ ਆਟਾ ਜਿਹੜਾ ਪਿਵਾ ਕੇ ਮੈਂ ਲੈ ਆਉਂਦਾ ਸੀ ਨਾ, ਤੇ ਉਹ ਜਿਹੜਾ ਉੱਥੇ ਹੀ ਪਿਓ ਹੈ ਆਪਣਾ ਫੱਟੇ ਦੇ ਉੱਤੇ, ਉਹਨੂੰ ਜਿਹੜਾ ਰੱਖ ਲਈਏ। ਕਿਉਂਕਿ ਪਹਿਲੇ ਤਾਂ ਆਟਾ ਸੀ ਜਿਹੜਾ ਇੱਥੋਂ ਪਿੰਡ 'ਚ ਜਿਹੜਾ ਪਿਵਾਉਂਦੇ ਸੀ ਨਾ ਚੱਕੀ 'ਚ ਲੈ ਕੇ, ਇਹਨਾਂ ਦੀ ਚੱਕੀ ਜਿਹੜਾ ਖਰਾਬ ਹੋਈ ਸੀ, ਸ਼ਹਿਰ 'ਚ ਜਿਹੜਾ ਪਿਵਾਇਆ ਆਟਾ ਇਸ ਵੇਲੇ। ਔਰ ਬੱਦਲ ਜਿਹੜਾ ਕਾਫੀ ਸਾਰਾ ਜਿਹੜਾ ਆ ਗਿਆ, ਬਾਰਿਸ਼ ਆਵੇਗੀ। ਹਾਂ ਇਹ ਬਾਰਿਸ਼ ਜੇ ਆਵੇਗੀ, ਬੱਦਲ ਕਾਫੀ ਸਾਰਾ ਜਿਹੜਾ ਆ ਗਿਆ। ਹਾਂ ਹਾਂ ਮੌਸਮ ਇੰਝ ਦਾ ਬਣ ਗਿਆ, ਨਾ ਸਰਦੀ ਮਹਿਸੂਸ ਹੋ ਰਹੀ ਨਾ ਗਰਮੀ ਮਹਿਸੂਸ ਹੋ ਗਈ, ਬਿਲਕੁਲ ਜਿਹੜਾ ਠੰਡਾ ਮੌਸਮ ਜਿਹੜਾ ਹੋ ਗਿਆ। ਹਾਂਜੀ ਤੇ ਮੈਂ ਵੀ ਦੁਕਾਨ ਤੇ ਆ ਗਿਆ, ਮੈਂ ਫਰੀਜ਼ਰ ਦੀ ਜੇ ਕੂਲਿੰਗ ਜੇ ਚੈੱਕ ਕਰ ਲਈਏ, ਕੂਲਿੰਗ ਜੇ ਕਿੰਨੀ ਕੋਈ ਆ। ਉਹ ਤੇ ਲਾਲ ਜੇ ਇੱਕ ਵਾਰ ਬੰਦ ਹੋ ਜਾਏ ਛਾਬਾ ਜਿਹੜਾ, ਕਿਉਂਕਿ ਨਵਾਂ ਨਵਾਂ ਹੀ ਆ ਨਾ, ਕਾਫੀ ਸਾਰਾ ਜਿਹੜਾ ਜ਼ੋਰ ਲੈਂਦਾ। ਇੱਕ ਵਾਰ ਨਮਾਨ ਇਹਨੂੰ ਪਿਆ ਰਹਿੰਦਾ, ਕਿਉਂਕਿ ਪਹਿਲੇ ਜੇ ਥੋੜਾ ਬਹੁਤ ਜੇ ਖੋਲ ਕੇ ਜੇ ਦੇਖਿਆ ਸੀ ਨਾ, ਉਸ ਤੋਂ ਬਾਅਦ ਜੇ ਲਾਤ ਮਾਰ ਜੇ ਹੋ ਜਾਂਦਾ। ਹਾਂ 2 ਮਿੰਟ ਬਾਅਦ ਜੇ ਹੁਣ ਖੁੱਲੇਗਾ, ਔਰ ਬਹੁਤ ਹੀ ਜਿਹੜਾ ਵਧੀਆ ਔਰ ਅੱਛੀ ਜਿਹੜਾ ਕੂਲਿੰਗ ਕਰ ਲਿਆ, ਕਿਉਂਕਿ ਪਹਿਲੇ ਜਿਹੜਾ ਮੈਂ ਦੇਖਿਆ ਸੀ ਨਾ, ਉਹ ਥੱਲੇ ਜਿਹੜਾ ਪੀਆਂ ਦੇ ਬਾਹਰ ਦੇ ਜਿਹੜਾ ਮੈਨੂੰ ਖੋਲ ਨਹੀਂ ਰੱਖਿਆ, ਥੱਲੇ ਜਿਹੜਾ ਫੋਮ ਜਿਹੜਾ ਰੱਖਿਆ ਨਾ ਪੀਏ, ਫਿਰ ਅੱਗੇ ਪਿੱਛੇ ਜਿਹੜਾ ਰਿੜਦਾ ਰਹਿੰਦਾ। ਇਹ ਸੋਚਿਆ ਤੂੰ ਜਿਹੜਾ ਮੈਂ ਪੀਆਂ ਦਾ ਜਿਹੜਾ ਕੋਈ ਨਹੀਂ ਰੱਖਿਆ। ਔਰ ਫਰੀਜ਼ਰ ਜਿਹੜਾ ਖੋਲ ਕੇ ਦੇਖਿਆ ਲੈ, ਬਰਫਾਂ ਜੰਮੀਆਂ ਪੀਣ ਹੋਣਾ, ਬਰਫਾਂ ਜੰਮੀਆਂ ਪੀਣ। ਹਾਂ ਉਹ ਪਿੱਛੇ ਚਲਾ ਜਾਂਦਾ ਨਾ ਆਟੋਮੈਟਿਕ ਸਪਰਿੰਗ ਲੱਗੇ ਹੋਣ। ਨਹੀਂ 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 ਚੱਲ ਠੀਕ ਹੈ, ਹੁਣ ਇਹਨੂੰ ਜਿਹੜਾ ਅਸੀਂ ਸਵੇਰੇ ਜਿਹੜਾ ਖੋਲ ਕੇ ਬੋਤਲਾਂ ਜੀ ਇੰਨਾ ਜੋੜਾਂਗੇ, ਇੱਥੇ ਆਰਾਮ ਨਾਲ ਜਿਹੜਾ ਬੰਦ ਕਰ ਦਿਓ। ਔਰ ਇਹ ਬਹੁਤ ਆ ਫਰੀਜ਼ਰ, ਆਪਾਂ ਨੂੰ ਜ਼ਿਆਦਾ ਫੁੱਲ ਸਾਈਜ਼ ਜ਼ਰੂਰਤ ਨਹੀਂ ਹੈ, ਇੰਨੇ ਵੀ ਜਿਹੜਾ ਕਾਫੀ ਬੋਤਲਾਂ ਦੇ ਪੈ ਜਾਣਗੀਆਂ। ਔਰ ਬੇਗਮ ਨੇ ਜਿਹੜਾ ਸਾਲਣ ਬਣਾ ਲਿਆ, ਔਰ ਮੈਂ ਵੀ ਸਭ ਤੋਂ ਪਹਿਲੇ ਜਿਹੜਾ ਕਿਚਨ 'ਚ ਲੱਕੜਾਂ ਜਿਹੜਾ ਰੱਖ ਲਵਾਂ। ਬੱਦਲ ਕਾਫੀ ਸਾਰਾ ਜਿਹੜਾ ਆ ਗਿਆ, ਲੱਕੜਾਂ ਜਿਹੜਾ ਵੇਚਣਾ ਜਾਣ, ਕਿਉਂਕਿ ਸੁੱਕੀਆਂ ਲੱਕੜਾਂ ਜਿਹੜੀਆਂ ਹੈ ਨਾ ਉਹ ਹੁਣ ਜਿਹੜਾ ਵੇਚੀਏ, ਕਿਉਂਕਿ ਕਿਚਨ ਦੇ ਅੰਦਰ ਹੀ ਜਿਹੜਾ ਕੋਈ ਨਹੀਂ ਪਈਆਂ ਫਿਲਹਾਲ, ਜੇ ਨਹੀਂ ਲੱਕੜਾਂ ਨੇ ਇਸ ਕਰਕੇ ਜਿਹਨਾਂ ਨੂੰ ਚੱਕ ਅੰਦਰ ਰੱਖ ਲਈ। ਸਾਲਣ ਬਣ ਗਿਆ, ਸਾਲਣ ਜਿਹੜਾ ਮਾਸ਼ਾਅੱਲਾ ਜਿਹੜਾ ਬਣ ਕੇ ਜਿਹੜਾ ਤਿਆਰ ਹੋਇਆ ਖਾਣਾ। ਔਰ ਮੈਂ ਜਿਹੜਾ ਸਭ ਤੋਂ ਪਹਿਲੇ ਜਿਹਨੂੰ ਲੱਕੜਾਂ ਜਿਹੜੀਆਂ ਕਿਚਨ ਨੇ ਰੱਖ ਲਵਾਂ, ਬਲਬ ਜਿਹੜਾ ਬਾਲ ਲਵਾਂ, ਬਲਬ ਬਾਲ ਕੇ ਜਿਹੜਾ ਰੱਖ ਲੈਂਦੇ ਹਾਂ। ਥੋੜੀਆਂ
ਨਾ ਜੇ ਰੱਖੀ ਜੀ ਸਾਰੀਆਂ ਨਹੀਂ ਇੱਕ ਦੁਕਾਨ ਜਾਣਾ ਫਿਰ ਜੇ ਆਉਣਾ ਪੂਰਾ ਕੁਰਜੀ ਜਿਹਾ ਮੋਟਰਸਾਈਕਲ ਤੋਂ ਲਾ ਕੇ ਮੋਟਰਸਾਈਕਲ ਇੰਦਰ ਡਾਕ ਲੈਂਦੇ ਹਾਂ ਤੰਦੂਰ ਜਾਣਾ ਇਹ ਵੀ ਡੋਲ ਨੇ ਤੰਦੂਰ ਜਾਣਾ ਬੇਗਮ ਤੈਨੂੰ ਰਲ ਕੇ ਜਾਣਾ ਰੱਖਾਂਗੇ ਕਿਉਂਕਿ ਗਿੱਲੇ ਤੰਦੂਰ ਨੇ ਇਕੱਲਾ ਜਿਵੇਂ ਚਾਵਾਂ ਟੁੱਟ ਨਾ ਜਾਣ ਹਾਂਜੀ ਤੇ ਮੈਂ ਵੀ ਦੁਕਾਨ ਤੇ ਆ ਗਿਆ ਔਰ ਅੱਜ ਦੇ ਵਾਲਾ ਵਲੌਗ ਵੀ ਕਰ ਰਹੇ ਹਾਂ ਇੱਥੇ ਖਤਮ ਕਿਉਂਕਿ ਮੈਂ ਵੀ ਜਿਹਨਾਂ ਰੋਟੀ ਮਾਸ਼ਾਅੱਲਾ ਜਿਹਨਾਂ ਪਾ ਕੇ ਤਿਆਰ ਹੋਈ ਹੋਤੀ ਰੋਟੀ ਖਾ ਕੇ ਔਰ ਤੰਦੂਰ ਜਿਹਨਾਂ ਬਾਹਰ ਲਾਇਆ ਮੈਂ ਤੰਦੂਰ ਬਾਹਰ ਲਿਆ ਕੇ ਔਰ ਛਾਪਰ ਜਿਹਨਾਂ ਦੇ ਦੇਵੀ ਕਿਉਂਕਿ ਹਵਾ ਕਾਫੀ ਸਾਰੀ ਜਿਹਨਾਂ ਤੇਜ਼ ਚੱਲ ਰਹੀ ਆ ਬਾਰਿਸ਼ ਕਨਫਰਮ ਜਿਹਨਾਂ ਆਵੇਗੀ ਬੱਦਲ ਵੀ ਕਾਫੀ ਸਾਰਾ ਇਸ ਕਰਕੇ ਜਿਹਨਾਂ ਸਾਰਾ ਤੰਦੂਰ ਵਗੈਰਾ ਜਿਹਨਾਂ ਕਾਜ ਵੀ ਜਿਹਨਾਂ ਫਿਰ ਜਿਹਨਾਂ ਮਤਲਬ ਸਵਾਂਗੇ ਇਨਸ਼ਾਅੱਲਾ ਆਪਣਾ ਡੇਟ ਸਾਰਾ ਖਿਆਲ ਰੱਖਿਆ ਜੇ ਦੁਆਵਾਂ 'ਚ ਯਾਦ ਰੱਖਿਆ ਜੇ ਇਹਨਾਂ ਦੁਆਵਾਂ ਦੇ ਨਾਲ ਦੇ ਇਜਾਜ਼ਤ ਔਰ ਕਮੈਂਟ 'ਚ ਮੁਬਾਰਕਬਾਦ ਜਿਹਨਾਂ ਸਾਨੂੰ ਜ਼ਰੂਰ ਫਰੀਦ ਦੇਣ ਜੀ ਭਈਆ ਚੱਲ ਕੋਲੇ ਰੱਖ ਠੀਕ ਹੈ ਨੁਮਾਨ ਬਹਿ ਜਾ ਇਨਸ਼ਾਅੱਲਾ ਇਹਨਾਂ ਦੁਆਵਾਂ ਦੇ ਨਾਲ ਦੇ ਇਜਾਜ਼ਤ ਅੱਲਾ ਹਾਫਿਜ਼।